ਜਮਾਤ ਤੀਜੀ ਵਿਸ਼ਾ ਗਣਿਤ। ਦੋਵੇਂ ਸੰਖਿਆਵਾਂ ਵਿੱਚੋਂ ਇੱਕ ਸੰਖਿਆ ਨੂੰ 100 ਦਾ ਗੁਣਾਕ ਬਣਾ ਕੇ ਘਟਾਓ ਕਰੋ। 709 ਘਟਾਓ 395। ਇਸ ਸਵਾਲ ਵਿੱਚ ਸੰਖਿਆ 395 ਨੂੰ 100 ਦਾ ਗੁਣਾਕ ਬਣਾਉਣ ਲਈ 5 ਜੋੜਦੇ ਹਾਂ। 709 ਜੋੜ 5 ਘਟਾਓ 395 ਜੋੜ 5। 714 ਘਟਾਓ 400। ਇਸ ਤਰ੍ਹਾਂ 709 ਘਟਾਓ 395 ਬਰਾਬਰ ਹੈ 314। ਪੰਜ ਘਟਾਓ 195। ਇਸ ਸਵਾਲ ਵਿੱਚ ਸੰਖਿਆ 195 ਨੂੰ 100 ਦਾ ਗੁਣਾਕ ਬਣਾਉਣ ਲਈ ਦੋਨਾਂ ਸੰਖਿਆਵਾਂ ਵਿੱਚ 5 ਜੋੜਦੇ ਹਾਂ। 587 ਜੋੜ 5 ਘਟਾਓ 195 ਜੋੜ 5। 592 ਘਟਾਓ 200। ਇਸ ਤਰ੍ਹਾਂ 587 ਘਟਾਓ 195 ਬਰਾਬਰ ਹੈ 392।